ਪੰਜਾਬੀ ਗਾਇਕ ਜੈਜ਼ੀ ਬੀ ਸੋਸ਼ਲ ਮੀਡੀਆ ਰਾਹੀਂ ਪਹਿਲਾਂ ਹੀ ਕਿਸਾਨ ਅੰਦੋਲਨ ਦਾ ਰਾਜ ਕੇ ਸਮਰਥਨ ਕਰ ਚੁੱਕੇ ਨੇ। ਜੈਜ਼ੀ ਬੀ ਨੇ ਕੈਨੇਡਾ 'ਚ ਕਿਸਾਨ ਰੈਲੀਆਂ 'ਚ ਸ਼ਿਰਕਤ ਕਰਕੇ ਪੰਜਾਬ ਦੇ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੋਕਾਂ ਤੱਕ ਪਹੁੰਚਾਇਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਜੈਜ਼ੀ ਬੀ ਕੈਨੇਡਾ ਤੋਂ ਸਿੱਧਾ ਦਿੱਲੀ ਪਹੁੰਚੇ, ਜਿੱਥੇ ਉਹਨਾਂ ਨੇ ਸਟੇਜ ਤੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਸੰਬੋਧਨ ਕੀਤਾ। ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਨੇ, ਜਿਨ੍ਹਾਂ ਕਰਕੇ ਪੂਰੀ ਦੁਨੀਆ ਦਾ ਹਿੱਲਾ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਸ਼ੁਰੂ ਹੋਈ ਲੜਾਈ 'ਚ ਹਰਿਆਣਾ ਨੇ ਛੋਟੇ ਭਰਾ ਵਾਂਗ ਸਾਥ ਦਿੱਤਾ ਹੈ ਤੇ ਅੱਜ ਜਿੱਥੇ ਵੀ ਕਿਸਾਨ ਬੈਠਾ ਹੈ ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਨੇ ਕਿਹਾ ਹੈ ਕਿ ਗੋਦੀ ਮੀਡੀਆ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਜਾਂਦਾ ਹੈ, ਪਰ ਕਿਸਾਨ ਅੰਦੋਲਨ ਦੌਰਾਨ ਨੌਜਵਾਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੈ ਇਹ ਵੀ ਕਿਹਾ ਹੈ। ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਸ਼ੁਕਰਗੁਜ਼ਾਰ ਹਾਂ ਜੀ। ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਾਰੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇਹਨਾਂ ਕਰਕੇ ਸਾਰੇ ਵਰਲਡ ਦਾ ਏਕਾ ਹੋ ਗਿਆ। ਸਿਰਫ ਇਹ ਜਿਹੜੀ ਲੜਾਈ ਆ ਇਕੱਲੀ ਪੰਜਾਬ ਤੋਂ ਸ਼ੁਰੂ ਹੋਈ ਸੀ, ਹਰਿਆਣਾ ਛੋਟਾ ਭਰਾ ਬਣ ਕੇ ਨਾਲ ਜੁੜਿਆ ਤੇ ਅੱਜ ਜਿਨ੍ਹਾਂ ਨਾਲ ਜਿਨ੍ਹਾਂ ਕਿਸਾਨਾਂ ਨਾਲ ਧੱਕੇ ਹੋਏ ਨੇ ਅੱਜ ਉਹ ਸਾਰੇ ਆਪਣੇ ਆਪਣੇ ਏਰੀਏ ਚੋਂ ਆ ਰਹੇ ਨੇ। ਔਰ ਗਾਜ਼ੀਆਬਾਦ ਸਾਈਡ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜ਼ਰੂਰ ਵੀ ਉੱਧਰ ਵੀ ਥੋੜਾ ਧਿਆਨ ਦਿਓ ਜੀ ਸਾਰੇ ਜਾਣੇ, ਕਿਉਂਕਿ ਜਿਹੜਾ ਮਾੜਾ ਬੰਦਾ ਉਹਦੇ ਧੱਕਾ ਹਲੇ ਵੀ ਸਰਕਾਰ ਕਰ ਰਹੀ ਹੈ। ਇੱਥੇ ਪੰਜਾਬੀ ਬੈਠੇ ਨੇ, ਹਰਿਆਣੇ ਵਾਲੇ ਬੈਠੇ ਨੇ, ਇਹ ਧੱਕਾ ਹੋਣ ਨਹੀਂ ਦਿੰਦੇ। ਸੋ ਸਾਰਿਆਂ ਨੂੰ ਬੇਨਤੀ ਹੈ, ਖਾਸ ਕਰਕੇ ਯੂਥ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਸਬੂਤ ਕਰਤਾ ਵੀ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ ਹੋਇਆ। ਜਵਾਨੀ ਫੁੱਕਦੀ ਹੈ ਇੱਥੇ, ਤੇ ਇਹ ਸਿਰਫ ਇੱਥੇ ਨਹੀਂ ਸਾਰੇ ਇੰਡੀਆ ਨਹੀਂ ਪੂਰੇ ਵਰਲਡ ਨੂੰ ਪਤਾ ਲੱਗ ਗਿਆ, ਕਿਉਂਕਿ ਇਹ ਵਰਲਡ ਦਾ ਸਭ ਤੋਂ ਵੱਡਾ ਪ੍ਰੋਟੈਸਟ ਪੀਸਫੁਲੀ ਹੋ ਰਿਹਾ। ਜੋਸ਼ ਵੀ ਆ ਤੇ ਹੋਸ਼ ਵੀ ਬਹੁਤ ਹੈ। ਸੋ ਮੇਰੀ ਇਹੀ ਬੇਨਤੀ ਹੈ ਸਾਰੇ ਜਿਹੜੇ ਯੰਗਸਟਰਸ ਨੇ ਵੀ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਬਦਨਾਮੀ ਹੋਵੇ, ਕਿਉਂਕਿ ਇਹ ਹੁਣ ਇੱਕ ਲੋਕਤੰਤਰ ਆਵਾਜ਼ ਬਣ ਚੁੱਕੀ ਆ। ਔਰ ਮੈਂ ਥੋੜ੍ਹਾ ਜਿਹਾ ਇੰਗਲਿਸ਼ ਵੀ ਬੋਲੂਗਾ, ਕਿਉਂਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਆ, ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਨੇ ਸਾਥ ਦਿੱਤਾ, ਸਿਰਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜਾ ਉਹ ਨਹੀਂ ਸਾਥ ਦੇ ਰਿਹਾ, ਬਾਕੀ ਸਾਰੇ ਸਾਥ ਦੇ ਰਹੇ ਨੇ। ਸੋ ਆਈ ਡੂ ਵਾਂਟ ਟੂ ਥੈਂਕ ਆਲ ਦ ਵਰਲਡ ਮੀਡੀਆ ਫੋਰ ਸਟੈਂਡਿੰਗ ਵਿਦ ਦ ਪਰਫਾਰਮਰਸ ਆਫ ਦਿਸ ਦ ਬਿਗੇਸਟ ਪੀਸਫੁਲ protest in the world, you know, I think the whole world's watching us. So I want to say thanks to all the media around the world. I want to thank all the MPs, MLAs, all the prime ministers of each country. My heart goes to them. Thank you for standing with India. Thank you for standing with Kisan Mazdoor Ekta Jindabad. Thank you so much. Te bharat isi tarah chadhdi kala de vich rakhe aur chadhdi kala nal hi rakhna apa kam। ਇੱਕ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਬਈ, ਡਿਸਪਲਿਨ ਮੈਂ ਇੰਨਾ ਕਦੇ ਨਹੀਂ ਦੇਖਿਆ, ਕਿਉਂਕਿ ਰੋਜ਼ ਅਸੀਂ ਕੈਨੇਡਾ ਦੇ ਵਿੱਚ, ਮੈਂ ਹੁਣੇ ਆਇਆ ਜਾਂ ਥੋੜ੍ਹਾ ਟਾਈਮ ਹੋਇਆ, ਲੇਕਿਨ ਜਿਹੜੀਆਂ ਵੀਡੀਓਜ਼ ਦੇਖ ਕੇ ਸਾਡੀਆਂ ਬਜ਼ੁਰਗ ਮਾਤਾਵਾਂ ਬੱਚੇ ਇੱਥੇ ਛੋਟੇ ਛੋਟੇ ਬੈਠੇ ਨੇ, ਅਤੇ ਉਹਨਾਂ ਦੀਆਂ ਵੀਡੀਓ ਦੇਖ ਕੇ ਰੋਣਾ ਨਿਕਲਦਾ ਬੰਦੇ ਦਾ, ਹੈ ਨਾ। ਅਤੇ ਮੈਨੂੰ ਹੱਲੇ ਵੀ ਸਮਝ ਨਹੀਂ ਆ ਰਹੀ ਵੀ ਸਰਕਾਰ ਦੇ ਹੱਲੇ ਵੀ ਨਹੀਂ ਮੰਨਦੇ, ਅਤੇ ਪਰ ਮੰਨਣਾ ਚਾਹੀਦਾ। ਸੋ ਆਈ ਡੋਂਟ ਵਾਂਟ ਰਿਕੁਐਸਟ, ਹਾਂਜੀ ਬਿਲਕੁਲ, ਹਮ ਰਿਕੁਐਸਟ ਹੈ ਜੀ ਮੇਰੀ ਸਾਰਿਆਂ ਨੂੰ ਵੀ ਇਸੀ ਤਰ੍ਹਾਂ ਕੰਮ ਖਿੱਚ ਕੇ ਰੱਖਣਾ, ਕਿਉਂਕਿ ਵੈਸੇ ਵੀ ਸਾਹਿਬਜ਼ਾਦਿਆਂ ਦੇ ਇਹ ਦਿਨ ਹੈ, ਤੁਸੀਂ ਜਾਣਦੇ ਹੋ, ਠੀਕ ਹੈ ਨਾ। ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੀ ਕੌਮ ਦੀ ਖਾਤਰ, ਹਿੰਦੁਸਤਾਨ ਦੀ ਖਾਤਰ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਆਪਣੀ ਖਾਤਰ ਨਹੀਂ ਦਿੱਤੀਆਂ। ਇਹ ਮੋਰਚਾ ਜਿੱਤ ਕੇ ਜਾਵਾਂਗੇ, ਮਾਲਕ ਬਸ ਇਸੀ ਤਰ੍ਹਾਂ ਕਿਰਪਾ ਰੱਖੇ ਜੀ। ਮੈਂ ਸਾਰੇ ਮੀਡੀਆ ਦਾ ਵੀ ਸ਼ੁਕਰਾਨਾ ਕਰਦਾ, ਸਾਰੇ ਕਲਾਕਾਰਾਂ ਦਾ ਸ਼ੁਕਰਾਨਾ ਕਰਦਾ ਜਿਹੜੇ ਇੱਥੇ ਆ ਰਹੇ ਨੇ, ਰੋਜ਼ ਡਟੇ ਹੋਏ ਨੇ ਆਪਣੇ ਕੰਮ ਕਾਰ ਛੱਡ ਕੇ, ਬਸ ਇਸੀ ਤਰ੍ਹਾਂ ਕੰਮ ਖਿੱਚ ਕੇ ਰੱਖਿਓ ਜੀ। ਮੈਨੂੰ ਬਹੁਤ ਕਹਿੰਦੇ ਆ ਵੀ ਚੰਦ ਲਾਈਨਾਂ ਜ਼ਰੂਰ ਸੁਣਾਉਣੀਆਂ, ਸੋ ਵਰਿੰਦਰ ਸੇਮੇ ਦਾ ਲਿਖਿਆ ਹੋਇਆ ਮੈਂ ਤੁਹਾਡੀ ਚੰਦ ਲਾਈਨਾਂ ਜੋ ਸੁਣਿਆ। ਉਹ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਆਉਣ ਤੱਕ ਚੁੱਪ ਕਰੇ ਹੋਏ ਆ। ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਆਉਣ ਤੱਕ ਚੁੱਪ ਕਰੇ ਹੋਏ ਆ।
ਉਹ ਸਾਰੇ ਹੀ ਜਾਣਦਾ ਜੋ ਭਰਦਾ ਏ ਢਿੱਡ ਅੱਜ ਸੜਕਾਂ ਤੇ ਅੰਨ ਦਾ ਦਰੋੜਤਾ ਮੀਡੀਆ ਵੀ ਕਰਦਾ ਨਾ ਗੱਲ ਪੱਖ ਦੀ ਨਿਗਾਹ ਤੋਂ ਦਿੱਲੀ ਏ ਸਾਡੇ ਲਈ ਜ਼ਹਿਰ ਘੋਲਦਾ ਜੱਟਾਂ ਨੂੰ ਤੁਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ ਜੱਟਾਂ ਨੂੰ ਤੁਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ ਕਿੱਥੇ ਕਰੇਗੀ ਸਵੇਰੇ ਉੱਠ ਨਾਸ਼ਤਾ ਥੈਂਕ ਯੂ ਸੋ ਮਚ ਜੀ ਆਹ ਦੇਖਦੇ ਹੋ ਤੁਸੀਂ ਗੁਰੂ ਕੇ ਲੰਗਰ ਕਿੱਦਾਂ ਲੱਗੇ ਹੋਏ ਨੇ ਇਹ ਸਿਰਫ ਸਾਡੀ ਕੌਮ ਨੂੰ ਇਹ ਹਾਜ਼ਰੀ ਹੋਈ ਹੈ ਚਾਹੇ ਇੰਗਲੈਂਡ ਹੋਵੇ ਅਮਰੀਕਾ ਹੋਵੇ ਜਰਮਨੀ ਹੋਵੇ ਅਫਰੀਕਾ ਹੋਵੇ ਸਾਰੇ ਪਾਸੇ ਬਸ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਿਓ ਔਰ ਮੇਰੀ ਨੌਜਵਾਨਾਂ ਨੂੰ ਫੇਰ ਹੰਬਲ ਰਿਕੁਐਸਟ ਹੈ ਬਸ ਇਸੇ ਤਰ੍ਹਾਂ ਖਿੱਚ ਕੇ ਰੱਖਿਓ ਜਿਹੜੀ ਸਰਕਾਰ ਹਲੇ ਵੀ ਜਿਹੜਾ ਗੋਦੀ ਮੀਡੀਆ ਕਹਿੰਦਾ ਨਾ ਵੀ ਨਸ਼ਿਆਂ 'ਚ ਡੁੱਬੇ ਹੋਏ ਨੇ ਇੱਥੇ ਦੇਖੋ ਸਵੇਰੇ ਡਾਂਡ ਮਾਰਦੇ ਨੇ 80-80 ਸਾਲ ਵਾਲੇ ਬਜ਼ੁਰਗ ਮੁੰਡਿਆਂ ਨੇ ਤਾਂ ਮਾਰਨੇ ਆ ਸੋ ਇਸੇ ਤਰ੍ਹਾਂ ਖਿੱਚ ਕੇ ਰੱਖਿਓ ਮੈਂ ਸ਼ੁਕਰ ਗੁਜ਼ਾਰ ਹਾਂ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨੇ ਵੀ ਤੁਸੀਂ ਸੇਵਾ ਕਰ ਰਹੇ ਹੋ ਔਰ ਮੀਡੀਆ ਜਿੰਨਾ ਪੰਜਾਬ ਦਾ ਮੀਡੀਆ ਸੜ ਕੇ ਜਾਈਏ ਤੁਹਾਡੇ ਕਈਆਂ ਨੇ ਤਾਂ ਆਪਣੀਆਂ ਜੌਬਾਂ ਛੱਡਤੀਆਂ ਕਹਿੰਦੇ ਜੌਬਾਂ ਬਾਅਦ 'ਚ ਦੇਖਾਂਗੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਮੀਡੀਆ ਦਾ ਔਰ ਜਿਹੜਾ ਗੋਦੀ ਮੀਡੀਆ ਜਿੰਨੀ ਮਰਜ਼ੀ ਟਰਾਈ ਕਰ ਲਓ ਹੁਣ ਤਾਂ ਜੱਟ ਟਰੈਕਟਰ ਟੂ ਟਵਿੱਟਰ 'ਤੇ ਆ ਗਏ ਆ ਨਾ ਹੁਣ ਨਹੀਂ ਛੱਡਦੇ ਸੋ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਸੋ ਮਚ ਜੀ